ਹਾਂਜੀ, ਆਪਣੇ ਪਿਛਲੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਸਲਵਾਰ ਦੀ ਕਟਿੰਗ ਤੇ ਸਟਿਚਿੰਗ। ਅੱਜ ਦੀ ਵੀਡੀਓ ਰਹੂਗੀ ਆਪਣੀ ਸਿੰਪਲ ਸ਼ਰਟ ਦੀ ਕਟਿੰਗ। ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ, ਐਂਡ ਤੱਕ ਆਪਾਂ ਪੂਰੀ ਸਾਰੀ ਵੀਡੀਓ ਬਣਾਵਾਂਗੇ, ਕਟਿੰਗ ਦੀ ਵੀ ਸਟਿਚਿੰਗ ਦੀ ਵੀ। ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਐਂਡ ਤੱਕ ਸਾਡੀਆਂ ਵੀਡੀਓ ਦੇਖਦੇ ਰਹੋ। ਅੱਜ ਦੀ ਵੀਡੀਓ ਰਹੂਗੀ ਆਪਾਂ ਸਿੰਪਲ ਸ਼ਰਟ ਦੀ ਕਟਿੰਗ। ਸਭ ਤੋਂ ਪਹਿਲਾਂ ਤੁਹਾਨੂੰ ਨਾਪ ਦੱਸਾਂਗੇ ਵੀ ਕਿੱਦਾਂ ਦਾ ਨਾਪ ਆ, ਕੀ ਸਾਈਜ਼ ਦਾ ਨਾਪ ਆ। ਬਿਲਕੁਲ ਸਿੰਪਲ ਆ, ਦੇਖੋ ਆਪਣੇ ਕੋਲ ਕਾਟਨ ਦਾ ਕੱਪੜਾ ਸਿਰਫ ਤੁਹਾਡੇ ਵਾਸਤੇ। ਆਪਾਂ ਸਟਿਚਿੰਗ ਕਟਿੰਗ ਵਾਸਤੇ ਸਿੰਪਲ ਸ਼ਰਟ ਦੀ ਕਟਿੰਗ ਕਰ ਰਹੇ ਹਾਂ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਫਿਰ ਵੀ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਕਨਫਿਊਜ਼ਨ ਰਹਿੰਦੀ ਹੈ ਤਾਂ ਤੁਸੀਂ ਸਾਨੂੰ ਦੁਬਾਰਾ ਪੁੱਛ ਸਕਦੇ ਹੋ, ਅਸੀਂ ਦੁਬਾਰਾ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਆਪਾਂ ਤੁਹਾਨੂੰ ਕਟਿੰਗ ਦੱਸ ਰਹੇ ਹਾਂ, ਨਾਲ ਨਾਲ ਬਾਜੂ ਦੀ, ਗਲੇ ਦੀ, ਮੋਢੇ ਦੀ, ਸਭ ਕਾਸੇ ਦੀ ਸਟਿਚਿੰਗ ਦੱਸਾਂਗੇ ਤੁਹਾਨੂੰ ਕਿੱਦਾਂ ਕਿੱਦਾਂ ਆਪਾਂ ਨੂੰ ਅੱਗੇ ਪ੍ਰੋਪਰ ਪੂਰਾ ਕਰਨਾ ਸ਼ਰਟ ਨੂੰ। ਜੇ ਆਪਣੇ ਕੋਲ ਸੂਟ ਤੋਂ ਨਾਪ ਲਿਆ ਹੋਇਆ ਇਹ ਦੇਖੋ, ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਤੁਹਾਨੂੰ ਸੂਟ ਤੋਂ ਨਾਪ ਲਏ ਹੋਏ ਦੀ ਵੀਡੀਓ ਦੱਸਾਂਗੇ, ਫਿਰ ਬਾਅਦ ਵਿੱਚ ਨਾਪ ਲੈਣਾ ਦੱਸਾਂਗੇ। ਹੌਲੀ ਹੌਲੀ ਤੁਸੀਂ ਕੋਰਸ ਦੇ ਵਿੱਚ ਅੱਗੇ ਅੱਗੇ ਚੱਲਦਾ ਜਾਣਾਗਾ। ਸਭ ਤੋਂ ਪਹਿਲਾਂ ਤੁਸੀਂ ਸ਼ੁਰੂਆਤੀ ਦੇ ਵਿੱਚੋਂ ਇਸ ਤਰ੍ਹਾਂ ਹੀ ਇਹਨੂੰ ਕਟਿੰਗ ਕਰੋਗੇ। ਦੇਖੋ ਜਿਵੇਂ ਆਪਾਂ ਕੋਈ ਵੀ ਨਾਪ ਵਾਲੀ ਸ਼ਰਟ ਹੋਊਗੀ, ਤੁਸੀਂ ਨਾਪ ਲੈਣਾ ਸ਼ਰਟ ਦਾ। ਜਿਵੇਂ ਆਪਾਂ ਨੇ 42 ਇੰਚ ਲੰਬਾਈ ਲੈਤੀ ਹੋਈ ਆ, ਘੇਰਾ ਉਹਨਾਂ ਦਾ 25 ਇੰਚ ਆ, ਛਾਤੀ ਦੇ ਵਿੱਚੋਂ 22 ਇੰਚ ਆ, ਕਮਰ 20 ਇੰਚ, ਹਿੱਪ 25 ਇੰਚ ਆ, ਪਲੋਈ ਹੈ ਜਿਹੜੀ ਉਹਨਾਂ ਦੇ 12 ਇੰਚ ਤੇ ਤਿਆਰ ਆ। ਅੱਧੀ ਬਾਜੂ ਦਾ ਸੂਟ ਆ ਦੇਖੋ ਇਹ, 8.5 ਇੰਚ ਬਾਜੂ ਦੀ ਲੰਬਾਈ ਆ, 15.5 ਇੰਚ ਯਾਨੀ ਕਿ 7.5 ਇੰਚ ਲੂਜ਼ ਅੱਗੇ ਤੋਂ ਗੋਲ ਰਾਊਂਡ ਦੇ ਵਿੱਚ 15.5 ਗੀ। ਹੁਣ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹਿਣਾ, ਦੇਖੋ ਕਿਵੇਂ ਕਿਵੇਂ ਆਪਾਂ ਕੱਪੜੇ ਨੂੰ ਬਿਉਂਤਣਾ, ਕਿਸ ਤਰੀਕੇ ਨਾਲ ਉਹਨੂੰ ਤਾਰਨਾ। ਮੰਨ ਲਓ ਆਪਣੇ ਕੋਲ ਇਹ 2.5 ਮੀਟਰ ਕੱਪੜਾ ਗਾ, ਦੇਖੋ ਆਹ ਵਾਲਾ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਲੈਂਥ ਉਤਾਰਨੀ ਆ, ਘੇਰਾ ਉਤਾਰਨਾ, ਕੀ ਚੀਜ਼ ਉਤਾਰਨੀ ਆ, ਤੁਸੀਂ ਸਾਰਾ ਵੀਡੀਓ ਦੇ ਰਾਹੀਂ ਦੇਖਣਾ ਗਾ। ਬਹੁਤ ਹੀ ਬਰੀਕੀ ਗਹਿਰਾਈ ਦੇ ਨਾਲ ਤੇ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੇ, ਦੇਖੋ ਕਿੱਦਾਂ ਕਿੱਦਾਂ ਤੁਸੀਂ ਸ਼ਰਟ ਨੂੰ ਉਤਾਰਨਾ। ਸਭ ਤੋਂ ਪਹਿਲਾਂ ਦੇਖੋ ਤੁਸੀਂ ਇਸ ਤਰੀਕੇ ਨਾਲ ਮਿਣਨਾ ਗਾ, ਜ਼ਿਆਦਾ ਕੱਪੜੇ ਨੂੰ ਆਪਣੇ ਖਰਾਬ ਨਹੀਂ ਕਰਨਾ। ਜੇ ਕੱਪੜਾ ਮੰਨ ਲਓ ਤੁਹਾਡੇ ਕੋਲੇ ਜ਼ਿਆਦਾ ਬਾਜੂ ਉਹਦੀ ਅੱਧੀ ਆ, ਤਾਂ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਨਾਪਣਾ ਗਾ। ਦੇਖੋ ਵੀ ਆਪਣਾ ਸਾਈਡ ਤੋਂ ਕੱਪੜਾ ਬਚ ਜੇ, ਜਾਂ ਕਈ ਵਾਰ ਲੈਂਥ ਦੇ ਨਾਲ ਉੱਪਰੋਂ ਬਾਜੂ ਉਤਰ ਜਾਂਦੀ ਆ। ਹੁਣ ਦੇਖੋ 42 ਇੰਚ ਆਪਣੀ ਸ਼ਰਟ ਦੀ ਲੈਂਥ ਹੈਗੀ, 3 ਇੰਚ ਆਪਾਂ ਵੱਧ ਕੱਟਦੇ ਹੁੰਦੇ ਹਾਂ, 42 ਤੇ 3 45 45 ਇੰਚ ਦੇ ਆਪਾਂ ਦੇਖੋ ਮਿਣ ਕੇ ਦੇਖਾਂਗੇ ਇਹਨੂੰ ਆਪਣਾ 45 ਇੰਚ ਕਿੱਥੇ ਇੰਚ ਬਣ ਰਿਹਾ। ਦੇਖੋ ਆਹ ਸੀ ਆਪਣਾ 45 ਇੰਚ, ਬਾਜੂ ਦੀ ਲੰਬਾਈ ਹੈਗੀ ਹੈ 8.5 ਇੰਚ, 2 ਇੰਚ ਆਪਾਂ ਐਕਸਟਰਾ ਵੱਧ ਕੱਟਦੇ ਹੁੰਦੇ ਹਾਂ, 10.5 ਇੰਚ ਚਾਹੀਦਾ ਦੇਖੋ। ਪਰ ਉੱਪਰੋਂ ਕੱਪੜਾ ਦੇਖੋ ਕਿੰਨਾ ਲੈ ਰਿਹਾ, 8 ਇੰਚ, ਇਹ ਆਪਣਾ ਕੱਪੜਾ ਘੱਟ ਗਿਆ। ਜੇ ਵਾਧੂ ਦਾ ਤਾਂ ਪਹਿਲਾਂ ਆਪਾਂ 1 ਲੰਬਾਈ ਦੇ ਵਿੱਚ ਇਹਦੀ ਬਾਜੂ ਉਤਾਰ ਲੈਣੀ ਸੀ ਤੇ ਫਿਰ ਆਪਾਂ ਸ਼ਰਟ ਦੀ ਲੈਂਥ। ਹੁਣ ਕੀ ਕਰਾਂਗੇ ਆਪਾਂ, ਮੇਨ ਕੀ ਹੁੰਦਾ, ਤੁਸੀਂ ਕੱਪੜੇ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ, ਕੋਈ ਝਿਰਕੀ ਵਗੈਰਾ ਜਾਂ ਕੋਈ ਕਾਣ ਵਗੈਰਾ ਤਾਂ ਨਹੀਂ ਹੈਗਾ ਕੱਪੜੇ ਦੇ ਵਿੱਚ। ਪਹਿਲੀਆਂ ਦੇ ਵਿੱਚ ਤੁਸੀਂ ਇੱਦਾਂ ਦੇਖੋਗੇ ਇਹਨੂੰ, ਕੋਈ ਕਾਣ ਵਗੈਰਾ ਨਹੀਂ ਹੋਣਾ ਚਾਹੀਦਾ ਕੱਪੜੇ ਵਿੱਚ, ਕੋਈ ਟੋਕ ਕੱਟ ਲੱਗਿਆ ਹੁੰਦਾ ਉਹ ਸਾਈਡ ਤੇ ਨਿਕਲ ਜਾਂਦਾ ਗਾ। ਦੇਖੋ ਇਹਦੇ ਵਿੱਚ ਕੋਈ ਇੱਦਾਂ ਦਾ ਕੁਛ ਨਹੀਂ ਹੈਗਾ, ਬਿਲਕੁਲ ਸਿੱਧਾ ਸਿੰਪਲ ਕੱਪੜਾ ਇਹ, ਕਾਟਨ ਦਾ ਕੱਪੜਾ ਗਾ। ਤਾਂ ਆਪਾਂ ਇਸ ਤਰ੍ਹਾਂ ਇਹਨੂੰ ਡਬਲ ਫੋਲਡਿੰਗ ਕਰ ਲਾਂਗੇ। ਸਭ ਤੋਂ ਪਹਿਲਾਂ ਆਪਾਂ ਕੱਪੜੇ ਦਾ ਕੀ ਉਤਾਰਾਂਗੇ, ਘੇਰਾ ਉਤਾਰਾਂਗੇ। ਉਹ ਘੇਰਾ ਦੇਖੋ ਤੁਸੀਂ ਕਿਵੇਂ ਉਤਾਰਨਾ ਹੋਊਗਾ। ਹਾਂਜੀ ਦੇਖੋ ਆਪਾਂ ਨੇ ਇਸ ਤਰ੍ਹਾਂ ਫੋਲਡਿੰਗ ਕਰਕੇ 4 ਤਿਹਾਂ ਦੇ ਵਿੱਚ ਕੱਪੜੇ ਨੂੰ ਰੱਖ ਲਿਆ। ਇਹਨੂੰ ਚੰਗੀ ਤਰ੍ਹਾਂ ਆਪਾਂ ਪ੍ਰੈਸ ਦੇ ਨਾਲ ਇਹਨੂੰ ਸਿੱਧਾ ਕਰ ਦਾਂਗੇ। ਦੇਖੋ ਹਾਂਜੀ, ਹੁਣ ਆਪਣੇ ਕੋਲੇ ਦੇਖੋ 25 ਇੰਚੀ ਘੇਰਾ ਤੇ 25 ਇੰਚ ਹਿੱਪ ਆ। ਜੇ ਆਪਾਂ 3 ਇੰਚ ਵੱਧ ਕੱਟਦੇ ਹਾਂ ਜਦੋਂ ਦੀ 28 ਇੰਚ ਬਣ ਗਿਆ। ਦੇਖੋ ਆਪਣੇ ਸਾਰਾ ਹਿਸਾਬ ਲਾਉਣਾ ਹੁੰਦਾ ਇਹ ਵੀ ਆਪਣੇ ਹਿੱਪ ਦੇ ਵਿੱਚੋਂ ਮਾਰਜਨ ਆ ਰਿਹਾ ਜਾਂ ਨਹੀਂ। ਮੰਨ ਲਓ 28 ਇੰਚ ਆਪਣਾ 14 ਇੰਚ ਤੇ ਬਣ ਰਿਹਾ, ਦੇਖੋ ਆਹ ਵਾਲੀ ਚੀਜ਼ ਆ, 25 ਇੰਚ ਆਪਣਾ ਘੇਰਾ, 25 ਇੰਚੀ ਹਿੱਪ ਆ। ਹਾਂਜੀ ਦੇਖੋ 28 ਇੰਚ ਤੇ ਆਪਾਂ ਤਾਰਨਾ, ਪਰ ਆਪਣੇ ਹਿੱਪ ਵੀ ਦੇਖਣਾ, ਮਾਰਜਨ ਬਚ ਰਿਹਾ। ਹੁਣ ਛਾਤੀ ਇਹਨਾਂ ਦੀ 22 ਇੰਚ ਆ, ਯਾਨੀ ਕਿ 11 ਇੰਚ ਤੋਂ
ਆਪਣਾ ਕੱਟਿਆ ਹੋਇਆ ਕੱਪੜਾ ਇੰਨਾ 28 ਇੰਚ, ਇਹਦੇ ਵਿੱਚ ਵੀ ਮਾਰਜਨ ਆ ਰਿਹਾ। ਕਈ ਵਾਰ ਕੀ ਹੁੰਦਾ ਗਾ, ਹਿੱਪ ਜ਼ਿਆਦਾ ਹੁੰਦੀ ਆ, ਘੇਰਾ ਘੱਟ ਹੁੰਦਾ, ਜਾਂ ਹਿੱਪ ਜ਼ਿਆਦਾ ਹੁੰਦੇ ਨੇ ਉੱਪਰੋਂ ਵੀ ਇਦੂ ਜ਼ਿਆਦਾ ਨਾਪ ਹੁੰਦਾ, ਮੰਨ ਲਓ 23-24 ਇੰਚ ਉੱਪਰੋਂ ਆ ਜਾਂਦਾ, ਹਿੱਪ ਘੱਟ ਹੁੰਦੀ ਆ, ਉਹਦੇ ਕਾਰਨ ਕੀ ਜੇ ਆਪਾਂ ਹਿੱਪ ਦੇ ਹਿਸਾਬ ਨਾਲ ਉਹਨੂੰ ਕਟਿੰਗ ਕਰ ਦਿੰਦੇ ਹਾਂ ਤਾਂ ਆਪਣਾ ਉੱਪਰੋਂ ਮਾਰਜਨ ਘੱਟ ਜਾਂਦਾ। ਤੁਸੀਂ ਉੱਪਰ ਛਾਤੀ ਵਾਲਾ ਮਾਰਜਨ ਵੀ ਦੇਖਣਾ ਵੀ ਕਿੰਨਾ ਤੁਹਾਡਾ ਸਾਈਡਾਂ ਤੋਂ ਰਹਿਣਾ ਚਾਹੀਦਾ, ਤੇ ਹਿੱਪ ਦੇ ਵਿੱਚੋਂ ਵੀ ਪਹਿਲਾਂ ਨੀ ਕਟਿੰਗ ਕਰਨੀ, ਪਹਿਲਾਂ ਤੁਸੀਂ ਇਸ ਤਰ੍ਹਾਂ ਇੰਚੀ ਟੇਪ ਤੇ ਹਿਸਾਬ ਲਗਾਉਣਾ ਗਾ ਵੀ ਆਪਣਾ ਮਾਰਜਨ 2-2 ਇੰਚ ਦਾ ਰਹਿ ਰਿਹਾ ਉੱਪਰੋਂ, ਫਿਰ ਆਪਾਂ ਉਹਦੀ ਕਟਾਈ ਕਰਨੀ ਆ। ਹੁਣ ਦੇਖੋ ਆਪਾਂ ਨੇ 25 ਇੰਚ ਦੇ ਹਿਸਾਬ ਨਾਲ 28 ਇੰਚ ਤੋਂ ਕਟਾਈ ਕਰਨੀ ਆ। ਦੇਖੋ ਕਿਉਂਕਿ ਇਹਦੀ ਛਾਤੀ ਦੇ ਵਿੱਚੋਂ 22 ਆ, ਹਿੱਪ 25 ਆ, ਆਟੋਮੈਟਿਕ ਹੀ ਪਤਾ ਚੱਲ ਰਿਹਾ ਵੀ ਵਿੱਚੀ ਮਾਰਜਨ ਇਹਦੇ ਐਡਜਸਟ ਹੋ ਜਾਊਗਾ, ਆਪਾਂ ਨੂੰ ਐਕਸਟਰਾ ਜ਼ਿਆਦਾ ਨਹੀਂ ਲੈਣਾ ਪੈਣਾ। ਤਾਂ ਆਪਾਂ 28 ਇੰਚ ਦਾ ਦੇਖੋ ਸਿੱਧੀਆਂ 2 ਲੈਂਥਾਂ ਉਤਾਰ ਦਾਂਗੇ, ਇਸ ਤਰੀਕੇ ਨਾਲ ਨਿਸ਼ਾਨ ਲਗਾ ਲਾਂਗੇ 2-3 ਜਗ੍ਹਾ ਤੇ, ਫਿਰ ਸਿੱਧਾ ਆਪਾਂ ਇੰਚੀ ਟੇਪ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਸਾਈਡ ਤੋਂ ਕੱਪੜਾ ਉਤਾਰ ਦਾਂਗੇ। ਹੁਣ ਦੇਖੋ ਆਪਾਂ ਕੱਪੜੇ ਨੂੰ ਫੋਲਡਿੰਗ ਕਰਨਾ ਗਾ। ਇਹ ਫੋਲਡਿੰਗ ਕਰਨ ਵੇਲੇ ਵੀ ਧਿਆਨ ਰੱਖਣਾ ਤੁਸੀਂ ਨੇ, ਕੱਪੜਾ ਤੁਹਾਡਾ ਰੇਬ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਇਸ ਤਰੀਕੇ ਨਾਲ ਇਹਦੀ ਫੋਲਡਿੰਗ ਕਰੋਗੇ। ਤੁਸੀਂ ਕੱਪੜੇ ਨੂੰ ਬਿਠਾਉਣਾ, ਦੇਖੋ ਜਿੱਥੇ ਕੱਪੜਾ ਬੈਠੂਗਾ ਉਸੇ ਹਿਸਾਬ ਦੇ ਨਾਲ ਤੁਸੀਂ ਇਹਦੇ ਵਿੱਚ ਸੈਂਟਰ ਦੇ ਵਿੱਚ ਭੰਨ ਲਗਾ ਲਓਗੇ, ਪ੍ਰੈਸ ਦੇ ਨਾਲ ਚੰਗੀ ਤਰ੍ਹਾਂ ਭੰਨ ਬਿਠਾ ਲਓਗੇ। ਹਾਂਜੀ ਦੇਖੋ ਕੱਪੜੇ ਨੂੰ ਆਪਾਂ ਭੰਨ ਮਾਰ ਕੇ ਇਸ ਤਰ੍ਹਾਂ ਫੋਲਡਿੰਗ ਕਰਕੇ ਡਬਲ ਕਰਕੇ ਇਹਨੂੰ ਰੱਖ ਲਿਆ। ਹੁਣ ਆਪਾਂ ਇਹਨੂੰ ਇੱਕ ਵਾਰੀ ਸਿੱਧਾ ਕਰ ਲਾਂਗੇ ਚੰਗੀ ਤਰ੍ਹਾਂ, ਫਿਰ ਆਪਾਂ ਇਹਦੇ ਤੀਰੇ ਵਗੈਰਾ ਦੇ ਨਿਸ਼ਾਨ ਲਗਾਵਾਂਗੇ ਮੋਢੇ ਵਗੈਰਾ ਦਾ। ਤੁਸੀਂ ਧਿਆਨ ਰੱਖਣਾ ਖਾਸ ਮੋਢਿਆਂ ਤੋਂ ਤੇ ਤੀਰੇ ਦਾ, ਜਿੱਥੋਂ ਜ਼ਿਆਦਾ ਸ਼ਰਟ ਦੇ ਵਿੱਚ ਕੋਈ ਵੀ ਮੰਨ ਲਓ ਨੁਕਸ ਵਗੈਰਾ ਪੈਂਦਾ ਜਾਂ ਕੋਈ ਬਲ ਪੈਣ ਲੱਗਦਾ, ਉਹ ਪ੍ਰੋਪਰ ਆਹ ਚੀਜ਼ਾਂ ਤੇ ਖਿਆਲ ਰੱਖਣਾ ਹੋਊਗਾ। ਤੁਸੀਂ ਉੱਪਰੋਂ ਨੀਚੋਂ ਤਾਂ ਹਲਕਾ ਖੁੱਲਾ ਰਹਿ ਜੂ ਕੋਈ ਚੱਕਰ ਨੀ, ਟਾਈਟ ਰਹਿ ਜੂ ਕੋਈ ਚੱਕਰ ਨੀ, ਮੇਨ ਆਪਣਾ ਹੁੰਦਾ ਉੱਪਰ ਵਾਲੇ ਪੋਰਸ਼ਨ ਦਾ, ਜਿਹਦੇ ਨਾਲ ਕੀ ਹੁੰਦਾ ਇਹ ਬਲ ਵਗੈਰਾ ਪੈ ਜਾਂਦੇ ਆ ਜਾਂ ਤੀਰਾ ਵਗੈਰਾ ਡਿੱਗਣ ਲੱਗ ਜਾਂਦਾ, ਉਹ ਤੁਸੀਂ ਕਿਸੇ ਹਿਸਾਬ ਦੇ ਨਾਲ ਕਿੰਨਾ ਪਾਉਣਾ ਗਾ। ਨੀਚੇ ਤੋਂ ਇੱਕ ਵਾਰ ਮੈਂ ਦੇਖੋ ਫਿਨਿਸ਼ਿੰਗ ਕਰ ਲਈ ਇਹਦੀ। ਹੁਣ ਲੰਬਾਈ ਦੇਖੋ ਇਹਦੀ 42 ਇੰਚ ਆ, ਤਾਂ ਮੈਂ 3 ਇੰਚ ਵੱਧ ਕੱਟੂੰਗੀ, 45 ਇੰਚ ਦੇ ਨਿਸ਼ਾਨ ਲਗਾ ਲਿਆ ਦੇਖੋ ਆਪਾਂ ਨੇ। ਆਪਾਂ ਨੇ ਨਿਸ਼ਾਨ ਲਗਾ ਲਿਆ ਲੈਂਥ ਦਾ, 3 ਇੰਚ ਵੱਧ ਦਾ। ਹੁਣ ਤੀਰਾ ਗਲਾ ਦੇਖੋ ਇਹ, ਨਾ ਹੀ ਤਾਂ ਜ਼ਿਆਦਾ ਡੀਪ ਪਾਉਣ ਤੇ ਨਾ ਹੀ ਜਣਾਉਂਦੀ, ਆਪਾਂ 7.5 ਇੰਚ ਕਟਾਈ ਦਾ ਗਲਾ ਪਾਵਾਂਗੇ, ਚੌੜਾਈ 5.5 ਰੱਖਾਂਗੇ, ਬੈਕ ਤੋਂ 6 ਇੰਚ ਕੱਢਣਾ ਗਾ। ਤਾਂ ਤੀਰਾ ਦੇਖੋ ਆਪਾਂ ਇਹਨਾਂ ਦੇ ਸ਼ੋਲਡਰ ਥੋੜੇ ਜਿਹੇ ਡਾਊਨ ਨੇ ਨੀਚੇ ਨੂੰ ਨੇ, ਆਪਾਂ ਤੀਰਾ ਇਹਨਾਂ ਦੇ 12 ਇੰਚ ਹੀ ਪਾਉਣਾ ਗਾ, ਕਿਉਂਕਿ ਜੇ ਆਪਾਂ ਇਹਦੇ ਵਿੱਚ ਤੀਰਾ ਜ਼ਿਆਦਾ ਪਾ ਦਾਂਗੇ ਮੋਢੇ ਪਹਿਲੀ ਇਹਨਾਂ ਦੇ ਡਾਊਨ ਨੇ ਮੰਨ ਲਓ ਨੀਚੇ ਨੂੰ ਜਿਵੇਂ ਆਪਾਂ ਕਹਿ ਦਿੰਦੇ ਹਾਂ, ਤੇ ਤੀਰਾ ਵੱਡਾ ਪਾਉਣ ਦੇ ਨਾਲ ਉਹ ਸ਼ੋਲਡਰ ਗਿਰਨ ਲੱਗ ਜਾਣਗੇ। ਤਾਂ ਆਪਾਂ ਇੰਨੇ ਨਾਪ ਨੂੰ ਜੇ ਇੰਨਾ ਕੁ ਗਲਾ ਪਾ ਰਹੇ ਹਾਂ ਤਾਂ 6-6.25 ਦੇ ਵਿੱਚ ਤੁਸੀਂ ਨੇ ਨਿਸ਼ਾਨ ਲਾਉਣਾ ਤੀਰੇ ਦਾ, 6.5 ਆਪਾਂ ਨੀਚੇ ਨੂੰ ਲਗਾਵਾਂਗੇ। ਇਹ ਤੁਸੀਂ ਨਾਪ ਚਾਹੇ ਹੈਵੀ ਆ ਚਾਹੇ ਜਿਵੇਂ ਵੀ ਆ, ਹੈਵੀ ਨਾਪ ਦੇ ਹਿਸਾਬ ਨਾਲ ਤੁਸੀਂ ਨੀਚੇ ਨੂੰ ਨੀ ਲੈ ਕੇ ਜਾਣਾ, ਹੋਰ ਵੀ 7 ਪਾ ਦਿਓ ਮੋਢਾ ਨਹੀਂ ਆਉਣਾ। ਇਹ ਤੁਸੀਂ 6.5 ਇੰਚ ਹੀ ਰੱਖਣਾ, ਕਿਉਂਕਿ ਉਹੀ ਆਪਣੀਆਂ ਗੁਲਾਈ ਵੱਧ ਜਾਂਦੀ ਆ ਜਿਹਦੇ ਨਾਲ ਆਪਣਾ ਮੋਢਾ ਕਵਰ ਪੂਰਾ ਹੋ ਜਾਂਦਾ। 6.5 ਦਾ ਨਿਸ਼ਾਨ ਨੀਚੇ ਨੂੰ ਲਗਾ ਲਿਆ ਦੇਖੋ, 6 ਦਾ ਨਿਸ਼ਾਨ ਹੀ ਆਪਾਂ ਇੱਥੇ ਲਗਾਵਾਂਗੇ। ਹੁਣ ਇੱਥੋਂ ਆਪਾਂ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾ ਲਾਂਗੇ ਇੱਕ ਵਾਰ। ਹੁਣ ਆਪਾਂ ਲਗਾਉਣਾ ਛਾਤੀ ਦਾ ਨਿਸ਼ਾਨ, ਛਾਤੀ ਦੇ ਵਿੱਚੋਂ ਹੈਗਾ ਇਹ 22 ਇੰਚ, ਤਾਂ ਆਪਾਂ 22 ਇੰਚ ਤੇ ਨਿਸ਼ਾਨ ਲਗਾ ਲਿਆ ਦੇਖੋ, 2 ਇੰਚ ਆਪਣਾ ਐਕਸਟਰਾ ਹੋ ਗਿਆ।
ਹੁਣ ਜਿਹੜੀ ਤੁਸੀਂ ਗਲਾਈ ਪਾਉਣੀ ਆ, ਜਿਹੜਾ ਚੌਰਸ ਨਿਸ਼ਾਨ ਬਣ ਗਿਆ, ਦੇਖੋ ਖੂੰਜਾ ਬਣ ਗਿਆ ਇੱਥੇ, ਤੁਸੀਂ 1 ਇੰਚ ਤੇ ਲਗਾ ਲੈਣਾ। ਕਈਆਂ ਦੀ ਆਹ ਚੀਜ਼ ਇੱਥੋਂ ਹੈਵੀ ਹੁੰਦੀ ਆ, ਸਾਹਮਣਾ ਬੋਲ ਦਿੰਦੇ ਆ ਜਿਹਨੂੰ ਆਪਾਂ, ਤਾਂ ਤੁਸੀਂ 1.25 ਇੰਚ ਤੇ ਵੀ ਨਿਸ਼ਾਨ ਲਗਾ ਸਕਦੇ ਹੋ ਵੀ ਉਹਦੀ ਗਲਾਈ ਘੱਟ ਪਾਉਣੀ ਪੈਂਦੀ ਆ। ਫਿਰ ਹੁਣ ਆਪਾਂ ਇੱਥੋਂ ਗਲਾਈ ਨਾਲ ਗਲਾਈ ਮਿਲਾ ਦਾਂਗੇ। ਦੇਖੋ ਆਹ ਗਲਾਈ ਬਣ ਗਈ ਦੇਖੋ ਆਪਣੀ। ਹੁਣ ਲਗਾਉਣਾ ਆਪਾਂ ਕਮਰ ਦਾ ਨਿਸ਼ਾਨ। ਕਮਰ ਦਾ ਨਿਸ਼ਾਨ ਉੱਪਰਲੇ ਨਿਸ਼ਾਨ ਤੋਂ 7-7.5 ਦੇ ਵਿਚਾਲੇ ਲਗਾਉਂਦੇ ਹੁੰਦੇ ਆਪਾਂ, 7.5 ਦੇ। ਕਈ ਹਾਈਟ ਲੰਬੀ ਹੁੰਦੀ ਹੈ ਤਾਂ 8 ਤੇ ਵੀ ਲਗਾਉਣਾ ਪੈ ਸਕਦਾ। ਆਮ ਮੀਡੀਅਮ ਆਪਾਂ 7-7.5 ਦੇ ਵਿੱਚ ਕਮਰ ਦਾ ਨਿਸ਼ਾਨ ਲਗਾਵਾਂਗੇ। ਕਮਰ ਹੈਗੀ ਹੈ ਇਹਨਾਂ ਦੀ ਦੇਖੋ 20 ਇੰਚ, ਤਾਂ 20 ਇੰਚ ਤੇ ਨਿਸ਼ਾਨ 10 ਇੰਚ ਤੇ ਲਗਾ ਲਿਆ ਆਪਾਂ ਨੇ, ਚੌਥੇ ਹਿੱਸੇ ਤੇ। 3 ਇੰਚ ਆਪਾਂ ਨੇ ਐਕਸਟਰਾ ਲੈਣਾ ਪਲੇਟਾਂ ਵਾਸਤੇ, 2 ਇੰਚ ਆਪਾਂ ਉੱਪਰੋਂ ਲਿੱਤਾ ਸੀ। ਹੁਣ ਸੈਡ ਸਿਲਾਈ ਇਹਨਾਂ ਦੇ ਦੇਖੋ 15 ਇੰਚ ਤਿਆਰ ਹੁੰਦੀ ਆ, ਤਾਂ ਆਪਾਂ 1.5 ਇੰਚ ਐਕਸਟਰਾ ਕੱਟਾਂਗੇ, ਨਿਸ਼ਾਨ ਲਗਾਵਾਂਗੇ, ਜਾਨੀ ਕਿ 16.5 ਇੰਚ ਤੇ। ਹਿੱਪ ਦੇ ਵਿੱਚੋਂ 25 ਇੰਚ ਆ, ਤਾਂ ਆਪਾਂ 25 ਇੰਚ ਤੇ ਨਿਸ਼ਾਨ ਲਗਾ ਕੇ ਐਕਸਟਰਾ ਮਾਰਜਨ ਰੱਖਾਂਗੇ। 1.5 ਇੰਚ ਦਾ ਆਪਣਾ ਮਾਰਜਨ ਹੋ ਗਿਆ। 25 ਇੰਚ ਹੀ ਆਪਣਾ ਘੇਰਾ ਗਾ ਦੇਖੋ, ਤੇ 28 ਇੰਚ ਇੱਥੋਂ ਦੇਖੋ। ਆਪਾਂ ਨੂੰ ਕੋਈ ਨੀਚੇ ਤੋਂ ਫਿਨਿਸ਼ਿੰਗ ਦੇਣ ਦੀ ਜ਼ਰੂਰਤ ਨਹੀਂ, ਜਿੰਨਾ ਆਪਾਂ ਨੂੰ ਚਾਹੀਦਾ ਉਨਾ ਪ੍ਰੋਪਰ ਆਪਾਂ ਕਟਿੰਗ ਵੇਲੇ ਲਾਇਆ ਹੋਇਆ ਗਾ। ਹੁਣ ਆਪਾਂ ਸਿਰਫ ਇਹਦੀ ਉੱਪਰੋਂ ਸ਼ੇਪ ਦੇਣੀ ਆ, ਉਹ ਆਪਾਂ ਇੱਥੋਂ ਚੱਕ ਲਾਂਗੇ ਦੇਖੋ, ਇੱਕੋ ਦਮ ਨਹੀਂ ਮਾਰਨੀ। ਕਮਰ ਤੱਕ ਚਲੇ ਗਏ, ਕਮਰ ਤੋਂ ਆਪਾਂ ਉੱਪਰ ਤੱਕ ਜਾਵਾਂਗੇ ਦੇਖੋ। ਹੁਣ ਆਪਾਂ ਇੱਥੇ ਤੱਕ ਕੱਟ ਲਗਾਉਣਾ ਦੇਖੋ, ਪਹਿਲੇ ਉੱਪਰਲੇ 2 ਪੱਲੇ ਚੱਕਾਂਗੇ ਪਹਿਲਾਂ। ਹਾਂਜੀ, ਤੁਸੀਂ ਇੱਥੇ ਖਾਸ ਧਿਆਨ ਰੱਖਣਾ, ਕਈ ਵਾਰ 3 ਪੱਲੇ ਵੀ ਚੱਕੇ ਜਾਂਦੇ ਆ, ਜਾਂ ਕਈ ਵਾਰੀ 4 ਪੱਲੇ ਚੱਕੇ ਜਾਣ, ਕੱਪੜਾ ਬਰੀਕ ਹੁੰਦਾ ਕਈ ਵਾਰੀ ਪਤਾ ਨਹੀਂ ਚੱਲਦਾ। ਇਹ ਤੁਸੀਂ ਇਸ ਧਿਆਨ ਦੇ ਨਾਲ ਦੇਖੋ, ਇਸ ਤਰੀਕੇ ਨਾਲ ਦੇਖ ਕੇ ਚੱਕਣੇ ਆ, ਉੱਪਰਲੇ 2 ਪੱਲੇ ਚੱਕ ਲਿਓ। ਉੱਪਰਲੇ 2 ਪੱਲੇ ਚੱਕ ਕੇ ਜਿਹੜਾ ਆਪਣੇ ਆਹ ਮਾਰਕ ਲਗਾਇਆ ਪਹਿਲਾਂ ਫਰੰਟ ਦਾ, ਉਹਨੂੰ ਆਪਾਂ ਕਟਾਈ ਕਰ ਦਾਂਗੇ। ਇੱਥੇ ਰੋਕ ਲਾਂਗੇ। ਹੁਣ ਆਪਾਂ ਇਸ ਤਰ੍ਹਾਂ ਕੱਟ ਕਰਤਾ ਦੇਖੋ, ਆਹ ਆਪਣਾ ਇਕੱਠਾ ਕੱਪੜਾ ਨਾਲ ਤਾਂ ਆਪਣਾ ਕੰਮ ਆਊਗਾ, ਗਲੇ ਵਗੈਰਾ ਦੇ ਪਲੇਟਾਂ ਵਗੈਰਾ ਤੇ ਲਗਾਉਣ ਵਾਸਤੇ। ਹੁਣ ਕੀ ਕਰਨਾ, ਆਪਣੇ ਬੈਕ ਸਾਈਡ ਦੀ ਗਲਾਈ ਪਾਉਣੀ ਆ। ਬੈਕ ਤੋਂ ਗਲਾ ਆਪਾਂ ਨੇ 6 ਕੱਢਣਾ। ਇਸੇ ਗਲਾਈ ਦੀ ਸੇਧ ਨੂੰ ਆਪਾਂ 1.25 ਇੰਚ ਦੇ ਦੇਖੋ ਇਸ ਤਰ੍ਹਾਂ ਨਿਸ਼ਾਨ ਲਗਾ ਲਿਆ। ਇੱਥੋਂ ਨਿਸ਼ਾਨ ਤੁਸੀਂ ਗਲਾਈ ਦੇ ਵਿੱਚ ਹੀ ਲੈ ਕੇ ਜਾਣਾ ਗਾ, ਬਿਲਕੁਲ ਇੱਥੋਂ ਨਾਲ ਨਹੀਂ ਲਾਉਣਾ, ਇੱਥੋਂ ਹਲਕਾ ਹਲਕਾ ਤੁਸੀਂ ਇਸ ਤਰੀਕੇ ਨਾਲ ਮਿਲਾਉਂਦੇ ਜਾਣਾ। ਇੱਕੋ ਦਮ ਨਹੀਂ ਨਾਲ ਮਿਲਾਉਣਾ, ਕਿਉਂਕਿ ਫਿਰ ਬੈਕ ਤੋਂ ਖਿੱਚ ਮਾਰਨ ਲੱਗ ਜਾਂਦੀ ਆ ਜੇ ਆਪਾਂ ਇੱਕੋ ਦਮ ਇੱਥੋਂ ਰੇਵ ਕਰ ਦਾਂਗੇ। 1/2 ਇੰਚ ਆਪਾਂ ਐਕਸਟਰਾ ਲੈਣੇ ਹੁੰਦੇ ਹਾਂ, ਇਹ ਐਕਸਟਰਾ ਆਪਾਂ ਨੇ ਤਾਂ ਲੈਣਾ ਕਿਉਂਕਿ ਆਪਣੀ ਸ਼ਰਟ ਆ ਜਿਹੜੀ ਉਹ ਪਿੱਛੇ ਵੱਲ ਨਾ ਜਾਵੇ, ਤਾਂ ਆਪਾਂ 1/2 ਇੰਚ ਇਹ ਬੈਕ ਵੱਧ ਕੱਟਾਂਗੇ। ਇਹਦੇ ਨਾਲ ਕੋਈ ਮੋਢਾ ਨਹੀਂ ਵੱਧਦਾ, ਕੁਛ ਨਹੀਂ ਵੱਧਦਾ, ਇਹ ਤੁਸੀਂ ਮਨ ਦੇ ਵਿੱਚੋਂ ਵਹਿਮ ਕੱਢ ਦੇਣਾ ਵੀ 1/2 ਇੰਚ ਵੱਧ ਕੱਟਣ ਦੇ ਨਾਲ ਤੁਹਾਡਾ ਸ਼ਰਟ ਦਾ ਜਿਹੜਾ ਮੋਢਾ ਵੱਧ ਜੂਗਾ। ਉਹੀ ਆਪਾਂ ਗੁੰਮ ਤੀਰੇ ਪਾਵਾਂਗੇ ਦੇਖੋ ਸਟਿਚਿੰਗ ਵੇਲੇ, ਇਹਨਾਂ ਦੇ ਉਹ ਮਾਰਜਨ ਉਹਦੇ ਵਿੱਚ ਐਡਜਸਟ ਹੋ ਜੂਗਾ। ਹੁਣ ਆਪਾਂ ਇਹਦੀ ਗੁਲਾਈ ਦੇ ਵਿੱਚ ਕਾਟ ਪਾ ਦਾਂਗੇ, ਉੱਪਰ ਤੱਕ ਲੈ ਕੇ ਜਾਵਾਂਗੇ। 1/2 ਇੰਚ ਐਕਸਟਰਾ ਆਪਾਂ ਇਸ ਤਰੀਕੇ ਨਾਲ ਕਟਿੰਗ ਕਰਤੀ ਦੇਖੋ। ਹੁਣ ਲਾਉਣੇ ਆਪਾਂ ਇਹਨਾਂ ਦੇ ਪਲੇਟਾਂ ਦੇ ਨਿਸ਼ਾਨ। ਪਲੇਟ ਇਹਨਾਂ ਦੀ ਆਪਾਂ ਨੇ 12 ਇੰਚ ਤੇ ਤਿਆਰ ਪਾਉਣੀ ਆ, ਤਾਂ ਆਪਾਂ 12.5 ਤੇ ਨਿਸ਼ਾਨ ਲਗਾਵਾਂਗੇ ਫਰੰਟ ਪੱਲੇ ਤੋਂ। ਦੇਖੋ ਇਸ ਤਰੀਕੇ ਨਾਲ ਆਪਾਂ ਨੇ ਸਿੱਧਾ ਮਾਰਕ ਕਰ ਲਿਆ। ਲੰਬੀ ਪਲੇਟ ਪਾਉਣੀ ਆ ਆਪਾਂ ਨੇ 6.5 ਇੰਚ ਦੀ। ਹੁਣ ਜਿਹੜੀ ਆਪਾਂ ਨੇ ਵਿਚਾਲੇ ਡਿਸਟੈਂਸ ਛੱਡਣਾ ਗਾ, ਉਹ ਛੱਡਾਂਗੇ ਆਪਾਂ 3.5 ਇੰਚ ਦਾ। 3.5 ਹੀ ਆਪਾਂ ਨੇ ਇੱਥੋਂ ਲੈਣਾ,
ਹੁਣ ਜਿਹੜਾ ਆਹ ਪਲੇਟਾਂ ਦਾ ਆਪਸ ਵਿੱਚ ਗੈਪ ਉਹ ਦੇਖੋ ਕਿਸ ਤਰੀਕੇ ਨਾਲ ਰੱਖੋਗੇ ਇੰਨੇ ਸਾਈਜ਼ ਦੇ ਵਿੱਚ। ਡੇਢ ਇੰਚ ਆਪਾਂ ਬਿਲਕੁਲ ਇਸ ਤਰ੍ਹਾਂ ਸਾਹਮਣਾ ਲਵਾਂਗੇ, ਜਿਹੜੀ ਨੀਚੇ ਨੂੰ ਡਾਊਨ ਪਲੇਟ ਆਉਂਦੀ ਹੈ ਨੀਚੇ ਵਾਲੀ ਪਲੇਟ ਦਾ, ਉੱਪਰ ਵਾਲੀ ਪਲੇਟ ਦਾ ਲਾਵਾਂਗੇ ਆਪਾਂ 2 ਇੰਚ। ਇਹਦਾ ਤੁਹਾਨੂੰ ਮੈਂ ਹੋਰ ਵੀ ਇੱਕ ਸੌਖਾ ਤਰੀਕਾ ਦੱਸ ਰਹੀ ਹਾਂ, ਦੇਖੋ ਉੱਪਰ ਵਾਲੀ ਪਲੇਟ ਦਾ ਨਿਸ਼ਾਨ ਲਗਾਉਣਾ। ਤੁਸੀਂ ਆਹ ਜਿਹੜੀ ਲੰਬੀ ਪਲੇਟ ਦਾ ਨਿਸ਼ਾਨ ਲਗਾਇਆ ਇਹਨੂੰ ਆਪਾਂ ਗਲਾਈ ਦੇ ਨਿਸ਼ਾਨ ਤੱਕ ਲੈ ਕੇ ਜਾਵਾਂਗੇ, ਦੇਖੋ ਇਸ ਤਰੀਕੇ ਨਾਲ ਇੱਥੋਂ ਪਕੜਨਾ ਤੁਸੀਂ ਨੇ ਇੰਚੀ ਟੇਪ, ਲੰਬੀ ਪਲੇਟ ਦੇ ਉੱਪਰ ਜਿਹੜਾ ਨਿਸ਼ਾਨ ਲਗਾਇਆ ਉੱਥੋਂ ਇੰਚੀ ਟੇਪ ਰੱਖਿਆ ਉੱਪਰ ਤੱਕ, ਇਸ ਤਰ੍ਹਾਂ ਵਿੰਗਾ ਟੇਢਾ ਨਹੀਂ ਹੋਣਾ ਚਾਹੀਦਾ, ਬਿਲਕੁਲ ਉਹਦੇ ਬਰਾਬਰ ਇਸ ਤਰ੍ਹਾਂ ਸਿੱਧਾ ਰੱਖੋਗੇ। ਦੇਖੋ ਆਪਾਂ ਨੇ ਸਿੱਧਾ ਨਿਸ਼ਾਨ ਲਗਾ ਲਿਆ, ਤੁਸੀਂ ਇਸ ਤਰ੍ਹਾਂ ਨਹੀਂ ਦੇਖਣਾ ਹੈਗਾ ਵੀ ਆਪਣਾ ਜਿਹੜਾ ਨਿਸ਼ਾਨ ਆ ਪਲੇਟ ਦਾ, ਜਿਹੜੀ ਆ ਗਲਾਈ ਦਾ ਚੌਰਸ ਘੇਰ ਆਪਾਂ ਨੇ ਬਣਾਇਆ ਸੀ ਸਕੇਅਰ ਟੈਪ, ਵੀ ਇਹਦੇ ਵਿੱਚ ਕਿਉਂ ਨਹੀਂ ਆ ਰਿਹਾ। ਇਹਦੇ ਵਿੱਚ ਪਲੇਟ ਜ਼ਿਆਦਾ ਲੈ ਕੇ ਜਾਵਾਂਗੇ ਤਾਂ ਬਿਲਕੁਲ ਗਲੇ ਦੇ ਨਾਲ ਤੱਕ ਪਹੁੰਚ ਜੂਗੀ, ਇਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ। ਜਦੋਂ ਵੀ ਤੁਸੀਂ ਪਲੇਟ ਦਾ ਨਿਸ਼ਾਨ ਲਗਾਓਗੇ ਲੰਬੀ ਪਲੇਟ ਤੋਂ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾ ਲੈਣਾ ਗਾ, ਫਿਰ ਤੁਸੀਂ ਨਾਪ ਲੈਣਾ ਗਾ 2 ਰੱਖਣੀਆਂ 2.25 ਰੱਖਣੀਆਂ ਉੱਪਰਲੀ। ਤਾਂ ਇਹ ਦੇਖੋ ਬਿਲਕੁਲ ਨਿਸ਼ਾਨ ਆਪਾਂ 2 ਦਾ ਕਹਿ ਰਹੇ ਸੀ ਤਾਂ 2 ਦੇ ਉੱਪਰ ਹੀ ਕੱਟ ਹੋਇਆ ਗਾ। ਆਹ ਦੇਖੋ ਤੁਹਾਨੂੰ ਮੈਂ ਦੁਬਾਰਾ ਮਿਣ ਕੇ ਦਿਖਾ ਦਿੰਦੀ ਹਾਂ, ਆਹ ਦੇਖੋ 1.5 ਤੇ 2 ਹਾਫ ਇੰਚ ਦਾ ਆਪਾਂ ਨੇ ਗੈਪ ਪਾਇਆ ਇਹਨਾਂ ਦੇ ਵਿੱਚ, ਇਹਨੂੰ ਆਪਾਂ 1.5 ਇੰਚ ਦਾ ਕਰਤਾ, ਉੱਪਰਲੀ ਨੂੰ 2 ਇੰਚ ਦੀ ਚੌੜਾਈ ਕਰਤੀ, ਇੱਥੇ ਆਪਾਂ ਮਿਣ ਕੇ ਸਿੱਧਾ ਨਿਸ਼ਾਨ ਲਾਤਾ। ਹੁਣ ਜਿਹੜਾ ਨੀਚੇ ਵਾਲੀ ਪਲੋਈ ਦਾ ਡਾਊਨ ਨਿਸ਼ਾਨ ਲਗਾਉਣਾ ਉਹ ਕਿੰਨਾ ਲਗਾਓਗੇ, ਉਹ ਤੁਸੀਂ ਇੱਥੋਂ 8 ਇੰਚ ਮਿਣ ਕੇ ਨਿਸ਼ਾਨ ਲਗਾ ਲਓਗੇ, ਕਿਉਂਕਿ ਜੇ ਆਪਾਂ ਇਸ ਤਰ੍ਹਾਂ ਸਿੱਧੀ ਪਲੇਟ ਨਹੀਂ ਪਾਉਣੀ, ਆਪਾਂ ਨੀਚੇ ਨੂੰ ਰੇਵ ਕਰਕੇ ਪਾਉਣੀ ਆ। ਇੱਥੇ ਆਪਾਂ ਕੱਟ ਲਗਾ ਦੇਣਾ, ਇਸੇ ਤਰ੍ਹਾਂ ਆਪਾਂ ਉੱਪਰ ਕੱਟ ਲਗਾ ਦਾਂਗੇ। ਹੁਣ ਨੀਚੇ ਆਪਾਂ ਪਲੇਟਾਂ ਦੇ ਨਿਸ਼ਾਨ ਡਾਊਨ ਕਰਾਂਗੇ, ਦੇਖੋ ਇੱਧਰੋਂ ਪਕੜ ਕੇ ਆਪਾਂ ਇੱਧਰ, ਤੁਸੀਂ ਕੈਂਚੀ ਦੀ ਨੋਕ ਨਾਲ ਵੀ ਨੀਚੇ ਕਰਕੇ ਵੀ ਪਾ ਸਕਦੇ ਹੋ, ਪੈਨ ਨਾਲ ਵੀ ਲਗਾ ਸਕਦੇ ਹੋ, ਇਹ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਵੀ ਲਗਾਉਣਾ ਚਾਹੁੰਦੇ ਹੋ ਉਵੇਂ ਲਗਾ ਸਕਦੇ ਹੋ। ਜਿਹੜੀ ਬੈਕ ਪਲੇਟ ਹੋਊਗੀ, ਬੈਕ ਪਲੇਟ ਫਰੰਟ ਵਾਲੀ ਪਲੇਟ ਨੂੰ ਘੱਟੋ ਘੱਟ 1.5 ਇੰਚ ਦਾ ਫਰਕ ਪਾਉਣਾ ਤੁਸੀਂ ਨੇ, ਇਹ ਲੰਬੀ ਰੱਖਣੀ ਆ। ਦੇਖੋ ਆਪਣੇ ਫਰੰਟ ਵਾਲੀ ਪਲੇਟ ਪਾਈ ਸੀ 6.5, ਇਹਨੂੰ ਆਪਾਂ 1.5 ਇੰਚ ਵੱਧ ਪਾਵਾਂਗੇ ਤਾਂ ਆਪਾਂ 8 ਇੰਚ ਦੇ ਨਿਸ਼ਾਨ ਲਗਾਵਾਂਗੇ। ਦੇਖੋ 3.5 ਇੰਚ ਦਾ ਗੈਪ ਪਾਇਆ ਸੀ, 3.5 ਇੰਚ ਦਾ ਉਹੀ ਤਰ੍ਹਾਂ ਗੈਪ ਪਾਵਾਂਗੇ, 3.5 ਦੀ ਦੇਖੋ ਇੱਧਰੋਂ ਗੈਪ ਆ, ਇਸੇ ਤਰ੍ਹਾਂ ਆਪਾਂ ਪਿਛਲੇ ਨਿਸ਼ਾਨ ਲਗਾਵਾਂਗੇ। ਲੰਬੀ ਪਲੇਟ ਪਾਉਣ ਦੇ ਨਾਲ ਦੇਖੋ ਬੈਕ ਤੇ ਝੋਲ ਨਹੀਂ ਪੈਂਦਾ ਬਿਲਕੁਲ ਵੀ, ਤੇ ਪਿੱਛੇ ਨੂੰ ਕੱਪੜਾ ਉੱਠਦਾ ਨਹੀਂ। ਜਦੋਂ ਵੀ ਤੁਸੀਂ ਕਿਸੇ ਸ਼ਰਟ ਦੇ ਨਿਸ਼ਾਨ ਲਗਾ ਰਹੇ ਹੋ ਫਰੰਟ ਪਲੇਟਾਂ ਦੇ ਨਿਸ਼ਾਨ ਘੱਟ ਤੇ ਬੈਕ ਵਾਲਿਆਂ ਦੇ ਵੱਧ, ਕਈ ਵਾਰ ਕਿਸੇ ਦੇ ਪੇਟ ਬਹੁਤ ਜ਼ਿਆਦਾ ਹੁੰਦਾ ਤਾਂ ਤੁਹਾਨੂੰ ਫਰੰਟ ਵਾਲੀ ਪਲੇਟ ਵੀ ਘਟਾਉਣੀ ਪੈ ਸਕਦੀ ਹੈ, 6 ਵਿੱਚ ਵੀ ਪਾਉਣੀ ਪੈ ਸਕਦੀ ਹੈ, 5.5 ਦੇ ਵਿੱਚ ਵੀ ਪਾਉਣੀ ਪੈ ਸਕਦੀ ਹੈ। ਇਹ ਤੁਸੀਂ ਉਦੋਂ ਸੂਟ ਜਦੋਂ ਕਟਿੰਗ ਕਰੋਗੇ ਤੁਹਾਨੂੰ ਉਦੋਂ ਆਪਦੇ ਹਿਸਾਬ ਨਾਲ ਆਪਣੇ ਆਪ ਪਤਾ ਚੱਲ ਜੂਗਾ ਵੀ ਤੁਸੀਂ ਜਿਨ੍ਹਾਂ ਦੇ ਪੇਟ ਹੈਵੀ ਹੁੰਦੇ ਆ, ਭਾਰਾ ਨਾਪ ਹੁੰਦਾ, ਜਾਨੀ ਕੀ ਕਹਿ ਦਿੰਦੇ ਆਪਾਂ, ਤਾਂ ਤੁਸੀਂ ਉਹਨਾਂ ਦਾ ਪਲੇਟ ਦਾ ਸਾਈਜ਼ ਘਟਾ ਦੇਣਾ ਫਰੰਟ ਤੋਂ, ਬੈਕ ਦੇ ਪਲੇਟ ਲੰਬੀ ਚੱਲੂਗੀ। ਜੇ ਉਹਨਾਂ ਦੀ ਹਾਈਟ ਛੋਟੀ ਆ ਤਾਂ ਤੁਸੀਂ 1/2 ਇੰਚ ਦਾ ਪਲੇਟ ਫਿਰ ਘੱਟ ਪਾ ਦੇਣਾ ਬੈਕ ਵਾਲਾ ਆਮ ਪਲੇਟਾਂ ਦੇ ਨਾਲੋਂ। ਹਾਂਜੀ, ਇਹ ਸੀ ਆਪਣੀ ਸਿੰਪਲ ਸ਼ਰਟ ਦੀ ਕਟਿੰਗ ਵਿਦ ਪਲੇਟਾਂ, ਬਿਲਕੁਲ ਸਿੰਪਲ ਸ਼ਰਟ ਆ। ਇਹਦੀ ਬਾਜੂ ਦੀ ਕਟਿੰਗ ਆਪਾਂ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਇੰਨੇ ਨਾਪ ਨੂੰ ਕਿੰਨਾ ਆਪਾਂ ਨੇ ਮੋਢਾ ਪਾਉਣਾ, ਕਿਸ ਤਰ੍ਹਾਂ ਉੱਪਰੋਂ ਗਲਾਈ ਪਾਉਣੀ ਆ, ਵੀ 1.5 ਇੰਚ ਆਪਾਂ ਗਲਾ ਪਾ ਰਹੇ ਹਾਂ। ਪਿਛਲੀ ਵੀਡੀਓ ਦੇ ਵਿੱਚੋਂ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਕਨਫਿਊਜ਼ਨ ਆਉਂਦੀ ਆ, ਨਹੀਂ ਵੀ ਪਤਾ ਚੱਲਦਾ ਤਾਂ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਪੁੱਛ ਸਕਦੇ ਹੋ। ਤੇ ਆਪਣਾ ਦੂਸਰਾ ਜੇ ਕਿਸੇ ਵੀ ਚੀਜ਼ ਬਾਰੇ ਤੁਸੀਂ ਸਾਨੂੰ ਪੁੱਛਣਾ ਚਾਹੁੰਦੇ ਹੋ, ਮੰਨ ਲਓ ਜਿਹੜੀ ਚੀਜ਼ ਦੀ ਆਪਾਂ ਵੀਡੀਓ ਬਣਾਈ ਹੈ ਤੁਸੀਂ ਸਿਰਫ ਉਸੇ ਬਾਰੇ ਹੀ ਪੁੱਛਣਾ ਗਾ, ਕਿਉਂਕਿ ਇਹ ਆਪਾਂ ਨੇ ਕੋਰਸ ਸ਼ੁਰੂ ਕਰਿਆ ਹੋਇਆ ਗਾ। ਜੇ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ, ਤੁਸੀਂ ਐਕਸਟਰਾ ਚੀਜ਼ ਬਣਾ ਰਹੇ ਹੋ, ਤਾਂ ਉਹ ਆਪਣੇ ਚੈਨਲ ਦੇ ਵਿੱਚ ਜਾ ਕੇ ਪਿਛਲੀਆਂ ਵੀਡੀਓ ਦੇਖ ਸਕਦੇ ਹੋ, ਉਹਨਾਂ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਮਿਲੂਗੀ। ਫਿਲਹਾਲ ਆਪਾਂ ਨੇ ਕੋਰਸ ਸ਼ੁਰੂ ਕਰਿਆ ਹੋਇਆ, ਇਹਨਾਂ ਦੀ ਬਾਰੇ ਸਾਨੂੰ ਤੁਸੀਂ ਕਦੋਂ ਵੀ ਪੁੱਛ ਸਕਦੇ ਹੋਗੇ ਵੀ ਜਿਹੜੀ ਚੀਜ਼ ਦੀ ਤੁਹਾਨੂੰ ਨਹੀਂ ਸਮਝ ਆ ਰਹੀ।